ਜੀ ਡਾਕਟਰ ਮਾਵੀ, ਡਾਕਟਰ ਜਸਲੀਨ, ਡਾਕਟਰ ਅੰਮ੍ਰਿਤ, ਡਾਕਟਰ ਅਮਨ, ਡਾਕਟਰ ਸਤਿੰਦਰ, ਹਾਂਜੀ ਘੁੰਮਣ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਸੀਂ ਅੱਜ ਸਾਰੀ ਦੁਨੀਆ ਅੱਜ ਛੁੱਟੀ ਇੰਜੋਏ ਕਰ ਰਹੀ ਹੈ, ਗੈਸਟਡ ਹੋਲੀਡੇ ਹੈ, ਅਤੇ ਤੁਸੀਂ ਫਿਰ ਵੀ ਸਜਰੇ ਉਹ ਵੀ ਡਿਊਟੀ ਟਾਈਮ 'ਤੇ। ਤੁਹਾਨੂੰ ਵੈਸੇ ਤੁਹਾਡਾ ਜਿਹੜਾ ਇਸ ਟਾਈਮ ਦਾ ਯੋਗਦਾਨ ਹੈ ਸਮਾਜ ਦੀ ਸੇਵਾ ਦੇ ਵਿੱਚ ਬਹੁਤ ਸਲਾਹੁਣਯੋਗ ਹੈ, ਪਰ ਤੁਹਾਨੂੰ ਥੋੜ੍ਹਾ ਔਖਾ ਜਿਹਾ ਨਹੀਂ ਲੱਗਦਾ ਵੀ ਸਾਰਾ ਅੱਜ ਬਾਕੀ ਮੁਕੰਮਲ ਮਹਿਕਮੇ ਛੁੱਟੀ ਮਨਾ ਰਹੇ ਹਾਂ? ਚਲੋ ਉਹ ਤਾਂ ਹੈ ਹੀ, ਅੱਜ ਫਿਰ ਵੀ ਹੋਲੀਡੇ ਹੋਣ ਦੇ ਬਾਵਜੂਦ ਵੀ ਤੁਸੀਂ ਟਾਈਮ 'ਤੇ ਆ ਗਏ, ਕੀ ਕਹੋਗੇ ਡਾਕਟਰ ਸਾਹਿਬ? ਨਹੀਂ ਦੇਖੋ, ਇਸ ਟਾਈਮ ਜੋ ਸਾਡਾ ਮੇਨ ਪ੍ਰਾਇਰਟੀ ਹੈਗੀ, ਅਸੀਂ ਸਮਾਜ ਪ੍ਰਤੀ, ਜੀ ਜੀ, ਸਮਾਜ ਪ੍ਰਤੀ ਜੋ ਅਸੀਂ ਯੋਗਦਾਨ ਹੈ, ਸਾਨੂੰ ਹੈ ਕਿ ਇਸ ਜਗ੍ਹਾ ਤੋਂ ਛੇਤੀ ਬਿਮਾਰੀ ਮੁਕਤ ਹੋਈਏ। ਜਿਹੜਾ ਕਰੋਨਾ ਵਾਇਰਸ ਦਾ ਸਾਰੇ ਪਾਸੇ ਲੋਕਾਂ ਡਰ ਫੈਲਿਆ ਹੋਇਆ, ਬਹੁਤ ਬੰਦੇ ਪਰੇਸ਼ਾਨ ਵੀ ਹੋ ਰਹੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਗਾਈਡ ਕਰ ਪਾਈਏ। ਬਹੁਤ ਲੋਕ ਵੈਸੇ ਡਰੇ ਹੋਏ ਆ, ਕਈਆਂ ਨੂੰ ਸਮਝਾਉਣ ਦੀ ਹੀ ਲੋੜ ਹੈ, ਜੀ ਜੀ, ਉਹਨਾਂ ਨੂੰ ਸਮਝਾ ਕੇ ਹੀ ਉਹਨਾਂ ਨੂੰ ਤਸੱਲੀ ਹੋ ਜਾਂਦੀ। ਤਸੱਲੀ, ਬਹੁਤ ਵਧੀਆ ਜੀ। ਹਾਂਜੀ ਡਾਕਟਰ ਜਸਲੀਨ ਜੀ, ਮੈਂ ਵੀ ਬਸ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਜਿੱਦਾਂ ਹੁਣ ਸਾਨੂੰ ਪਤਾ ਕਰੋਨਾ ਵਾਇਰਸ ਫੈਲਿਆ ਹੋਇਆ, ਇਹਨੂੰ ਇਹਦੀ ਰੋਕਥਾਮ ਤਾਂ ਨਹੀਂ ਹੋ ਸਕਦੀ, ਸਿਰਫ ਪ੍ਰੀਵੈਂਸ਼ਨ ਹੋ ਸਕਦੀ, ਉਹਦੇ ਲਈ ਅਸੀਂ ਆਪਣਾ ਯੋਗਦਾਨ ਦੇ ਰਹੇ ਹਾਂ ਵੱਧ ਤੋਂ ਵੱਧ ਜਿੰਨਾ ਅਸੀਂ ਕਰ ਸਕਦੇ ਹਾਂ। ਅਤੇ ਉਂਝ ਤਾਂ ਡਾਕਟਰ ਅਮਨ ਜੀ, ਤੁਸੀਂ ਸਾਰੇ ਅੱਜ ਪਤਾ ਵੀ ਲੋਕ ਛੁੱਟੀਆਂ ਇੰਜੋਏ ਕਰ ਰਹੇ ਹੈ, ਅਤੇ ਡਿਊਟੀ ਤੁਹਾਡੀ ਬਹੁਤ ਸਖਤ ਹੋਈ ਹੋਈ ਆ ਜੀ, ਛੁੱਟੀ ਵਾਲੇ ਦਿਨ ਵੀ ਤੁਹਾਨੂੰ ਡਿਊਟੀ 'ਤੇ ਆਉਣਾ ਪੈ ਰਿਹਾ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਸਾਨੂੰ ਤਾਂ ਹੁਣ ਕਰਨਾ ਹੀ ਪਏਗਾ ਨਾ, ਸਭ ਤੋਂ ਜ਼ਿਆਦਾ ਕੰਮ ਤਾਂ ਡਾਕਟਰਸ, ਨਰਸਿਸ ਐਂਡ ਸਟਾਫ ਦਾ ਹੀ ਹੈ, ਜੀ ਜੀ, ਵਰਕਰਸ ਦਾ ਸਭ ਤੋਂ ਜ਼ਿਆਦਾ ਹੁਣ ਮੇਨ ਪ੍ਰਾਇਓਰਟੀ ਉਹਨਾਂ ਦੀ ਹੈ, ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਬਿਲਕੁਲ, ਉਹ ਹੁਣ ਸਾਡੀ ਡਿਊਟੀ, ਅਸੀਂ ਡਿਊਟੀ ਵਧੀਆ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ। ਬਿਲਕੁਲ ਬਿਲਕੁਲ, ਹੁਣ ਤਾਂ ਇਸ ਤਰ੍ਹਾਂ ਹੀ ਜਾਪਦਾ ਵੀ ਪੁਲਿਸ ਵਿਭਾਗ ਅਤੇ ਆਪਣਾ ਸਿਹਤ ਵਿਭਾਗ ਏ ਸੰਸਾਰ ਨੂੰ ਚਲਾ ਰਿਹਾ। ਹਾਂਜੀ ਡਾਕਟਰ ਸਾਹਿਬ, ਸਤਿੰਦਰ ਡਾਕਟਰ ਜੀ, ਅਤੇ ਤੁਸੀਂ ਤਾਂ ਬੱਚੇ ਵੀ ਛੱਡ ਕੇ ਆਏ ਹੋ ਘਰੇ, ਹਾਂਜੀ, ਔਖਾ ਜਿਹਾ ਨਹੀਂ ਲੱਗਦਾ ਥੋੜ੍ਹਾ ਵੀ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਹੁੰਦਾ ਵੀ ਮੰਮਾ ਕੋਲ ਰਹਿਣ? ਵਿਸ਼ੇਸ਼ ਤੌਰ ਦੇ ਉੱਤੇ ਬਾਹਰਲੇ ਪਾਸੇ ਫਲੂ ਕਾਰਨਰ, ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਇਤਿਆਦਿਕ ਹੋਇਆ, ਉਹਨਾਂ ਮਰੀਜ਼ਾਂ ਦਾ ਚੈੱਕਅਪ ਬਾਹਰ ਦੀ ਵਾਰੇ ਕਰ ਦਿੱਤਾ ਜਾਂਦਾ ਤਾਂ ਕਿ ਅੰਦਰ ਜ਼ਿਆਦਾ ਭੀੜ ਨਾ ਹੋਵੇ। ਇੱਥੇ ਡਾਕਟਰ ਸਾਹਿਬਾਨ ਲੱਗੇ ਹੋਏ ਨੇ ਜੀ ਸੇਵਾ ਦੇ ਵਿੱਚ, ਫਲੂ ਕਾਰਨਰ, ਖਾਂਸੀ ਜ਼ੁਕਾਮ ਅਤੇ ਬੁਖਾਰ ਵਾਲੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ। SLCHC ਸ੍ਰੀ ਚਮਕੌਰ ਸਾਹਿਬ, ਡਾਕਟਰ ਸਾਹਿਬ ਧੰਨਵਾਦ ਜੀ, ਤੁਸੀਂ ਜਿੱਥੇ ਇੱਥੇ ਲੱਗੇ ਹੋਏ ਹੈ ਸੇਵਾ ਦੇ ਵਿੱਚ, ਅਤੇ ਅੱਜ ਦੀ ਜਿਹੜੀ ਇਹ ਬਿਮਾਰੀ ਚੱਲ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਤੁਸੀਂ? ਇਹ ਦੇਖੋ ਬਹੁਤ ਹੀ ਖਤਰਨਾਕ ਬਿਮਾਰੀ ਹੈ, ਬਟ ਮਰੀਜ਼ਾਂ ਨੂੰ ਹਲੇ ਵੀ ਸਮਝ ਨਹੀਂ ਆ ਰਿਹਾ। ਅਸੀਂ ਇਹਨਾਂ ਨੂੰ ਕਿਹਾ ਹੈ ਕਿ ਐਮਰਜੈਂਸੀ ਕੋਈ ਸਿਚੁਏਸ਼ਨ ਹੋਵੇ ਤਾਂ ਹੀ ਆਓ, ਤਾਂ ਹੀ ਇੱਥੇ ਆਓ। ਮਰੀਜ਼ ਆਪਣੇ ਨਾਰਮਲ, ਕੋਈ ਗੈਸ ਹੋ ਰਹੀ ਹੈ, ਕੋਈ ਜਿਹੜੀ ਨਾਰਮਲ ਪ੍ਰੋਬਲਮ ਹੈ ਉਹਦੇ ਲਈ ਵੀ ਆਈ ਜਾ ਰਹੇ ਹਾਂ। ਜੀ ਜੀ, ਅਸੀਂ ਚਾਹੁੰਦੇ ਸਰਕਾਰ ਕੋਈ ਸਖਤ ਕਦਮ ਉਠਾਏ ਤਾਂ ਕਿ ਇਹ ਲੋਕ ਆਪਣੇ, ਬਿਲਕੁਲ ਬਿਲਕੁਲ, ਜਿਨ੍ਹਾਂ ਨੂੰ ਨਾਰਮਲ ਜੀਆਂ ਬਿਮਾਰੀਆਂ, ਉਹਨਾਂ ਨੂੰ ਪਤਾ ਹੈਗਾ ਕਿ ਕੋਰੋਨਾ ਵਾਇਰਸ ਬਹੁਤ ਜ਼ਿਆਦਾ ਡੇਂਜਰਸ ਹੈ, ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ, ਸਾਰਿਆਂ ਨੂੰ ਇਦਾਂ ਲੱਗ ਰਿਹਾ ਕਿ ਬਹੁਤ ਵਧੀਆ ਤੁਹਾਡਾ ਇਹ ਸੁਨੇਹਾ ਹੈ ਜੀ, ਘਰ ਘਰ ਪਹੁੰਚਣਾ ਚਾਹੀਦਾ ਵੀ ਲੋਕਾਂ ਨੂੰ ਐਮਰਜੈਂਸੀ ਹੋ ਇੱਥੇ ਪਹੁੰਚਣਾ ਚਾਹੀਦਾ, ਤੇ ਛੋਟੀਆਂ ਬਿਮਾਰੀਆਂ ਤਾਂ ਮੌਸਮ ਇੰਨਾ ਵਧੀਆ ਸਾਫ਼ ਸੁਥਰਾ ਹੋ ਗਿਆ ਵੀ ਇਹਦੇ ਨਾਲ ਹੀ ਤਕਰੀਬਨ ਸਾਰਿਆਂ ਨੇ ਠੀਕ ਹੋ ਜਾਣਾ, ਵਾਤਾਵਰਨ ਬੜਾ ਸਾਫ਼ ਹੋ ਗਿਆ ਜੀ। ਧੰਨਵਾਦ ਜੀ ਡਾਕਟਰ ਸਾਹਿਬ। ਇਹ ਨੇ ਜੀ ਅਵਤਾਰ ਸਿੰਘ, ਫਾਰਮੇਸੀ ਅਫਸਰ, ਅਤੇ ਉਹਨਾਂ ਦੇ ਨਾਲ ਸਾਰੀ ਮੈਡੀਕਲ ਟੀਮ CHC ਚਮਕੌਰ ਸਾਹਿਬ, ਆਪੋ ਆਪਣੀਆਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ। ਮੈਂ ਧੰਨਵਾਦ ਕਰਦਾ ਅਤੇ ਪਰਮਾਤਮਾ ਦੇ ਅੱਗੇ
ਇਹਨਾਂ ਦੇ ਲਈ ਅਰਦਾਸ ਵੀ ਕਰਦਾ ਕਿ ਸਾਰੇ ਵੀਰ ਹੁਣ ਵੀਰ ਜੀ ਤੁਸੀਂ ਸੈਨੀਟਾਈਜ਼ਰ ਵੰਡਣ ਚੱਲੇ ਆ ਜਾਂ ਤਿਆਰ ਕਰਨ ਚੱਲੇ ਤਿਆਰ ਕਰਨਾ ਜੀ ਜੀ ਆਪਾਂ ਨੇ ਕਾਫੀ ਦੇ ਵਿੱਚ 20 ਮੀਟਰ ਟ੍ਰੇਨਰ ਦਿੱਤੀਆਂ ਠੀਕ ਹੈ ਉਹ ਤਿਆਰ ਕਰਕੇ ਕਾਫੀ ਸਮਾਨ ਪੈਣਾ ਸਮਾਨ ਪਾ ਕੇ ਫਿਰ ਜਿੱਦਾਂ ਵੀ ਲੋੜ ਬਣਦਾ ਮੈਂ ਇੱਕ ਤੁਹਾਡੇ ਕੋਲ ਗੱਲ ਪੁੱਛਣੀ ਚਾਹਾਂਗਾ ਇਹ ਜਿਹੜਾ ਤੁਸੀਂ ਵਰਦੀ ਪਾਈ ਹੈ ਤੁਹਾਨੂੰ ਸਰਕਾਰ ਵੱਲੋਂ ਜਾਂ ਤੁਸੀਂ ਆਪਣੇ ਤੋਂ ਆਪਣੇ ਤੋਂ ਸਰਕਾਰ ਵੱਲੋਂ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਯਾਰ ਮਿਲਣਾ ਚਾਹੀਦਾ ਮੈਂ ਦੇਖਿਆ ਸਾਰੇ ਤੁਹਾਡੇ ਵਰਕਰ ਸਾਰਾ ਸਟਾਫ ਉਹ ਨੰਗੇ ਧੜ ਸਮਝ ਲਓ ਵੀ ਇਸ ਭਿਆਨਕ ਮਹਾਂਮਾਰੀ ਦੇ ਵਿੱਚ ਕੰਮ ਕਰ ਰਿਹਾ ਜੀਝ ਰਿਹਾ ਅਤੇ ਸਰਕਾਰ ਨੂੰ ਮੈਂ ਫਿਰ ਪੁਰਜ਼ੋਰ ਅਪੀਲ ਕਰਦਾ ਵੀ ਇਹਨਾਂ ਵਰਕਰਾਂ ਦੀ ਜਿਹੜਾ ਇੰਨੇ ਮਹਾਂਮਾਰੀ ਦੇ ਵਿੱਚ ਆਪਣਾ ਜਾਨ ਤਲੀ ਦੇ ਉੱਤੇ ਰੱਖ ਕੇ ਸੇਵਾ ਕਰ ਰਹੇ ਨੇ ਇਹਨਾਂ ਦੇ ਵਾਸਤੇ ਜ਼ਰੂਰ ਇਹਨਾਂ ਦੀਆਂ ਮੰਗਾਂ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਦੀ ਪ੍ਰੋਟੈਕਸ਼ਨ ਕਿੱਟ ਇਹਨਾਂ ਦੇ ਤੱਕ ਪਹੁੰਚਣੀ ਚਾਹੀਦੀ ਹੈ ਭਾਵੇਂ ਵੱਡੇ ਹਸਪਤਾਲ ਜਿਹੜੇ ਆ ਪ੍ਰਾਈਵੇਟ ਹਸਪੀਟਲ ਲੋਕਾਂ ਲਈ ਉਹਨਾਂ ਨੇ ਬੰਦ ਕੀਤੇ ਹੋਏ ਆ ਪਰ ਜਿਹੜੇ ਸਾਡੇ ਹਸਪੀਟਲ ਸਰਕਾਰੀ ਹਸਪੀਟਲ ਹਰ ਰੋਜ਼ ਮਰੀਜ਼ਾਂ ਨੂੰ ਭਾਵੇਂ ਛੋਟੀਆਂ ਭਾਵੇਂ ਵੱਡੀਆਂ ਬਿਮਾਰੀਆਂ ਨੇ ਉਹਨਾਂ ਦੀ ਦਵਾਈ ਜ਼ਰੂਰ ਦੇ ਰਹੇ ਆ ਅਸੀਂ ਉਹਨਾਂ ਨੂੰ ਜਿਹੜਾ ਵੀ ਕੋਈ ਇੱਦਾਂ ਦਾ ਮਰੀਜ਼ ਆਉਂਦਾ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਜਿਹੜੀਆਂ ਛੋਟੀਆਂ ਮੋਟੀਆਂ ਕੰਪਲੇਂਟਾਂ ਨੇ ਉਹਨਾਂ ਕਰਕੇ ਤੁਸੀਂ ਨਾ ਆਓ ਜਦੋਂ ਕੋਈ ਐਮਰਜੈਂਸੀ ਹੁੰਦੀ ਆ ਨਾ ਆਓ ਪਰ ਫਿਰ ਵੀ ਹਾਲੇ ਤੱਕ ਅਸੀਂ ਪੂਰੀ ਤਰ੍ਹਾਂ ਉਹ ਸੁਨੇਹਾ ਘਰ ਘਰ ਪਹੁੰਚਾਉਣ 'ਚ ਸ਼ਾਇਦ ਅਸਫਲ ਆ ਕਿਉਂਕਿ ਇਹ ਹੈ ਕਿ ਛੋਟੀ ਛੋਟੀਆਂ ਬਿਮਾਰੀਆਂ ਕਰਕੇ ਵੀ ਲੋਕ ਕਦੇ ਕਦੇ ਆ ਜਾਂਦੇ ਆ ਪਰ ਫਿਰ ਵੀ ਇਹ ਆ ਕਿ ਹੁਣ ਕਾਫੀ ਹੱਦ ਤੱਕ ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚ ਚੁੱਕਾ ਇਹ ਆ ਕਿ ਹੁਣ ਜਿਹੜੀ ਸਖਤੀ ਦੀ ਲੋੜ ਹੈ ਕੀ ਨਹੀਂ ਆਪਾਂ ਮਰੀਜ਼ ਦੇ ਉੱਤੇ ਤਾਂ ਸਖਤੀ ਕਰ ਹੀ ਨਹੀਂ ਸਕਦੇ ਇਹ ਆ ਕਿ ਅਸੀਂ ਉਹਨੂੰ ਸਮਝਾ ਹੀ ਸਕਦੇ ਹਾਂ ਵੀ ਭਾਈ ਇਹ ਆ ਕਿ ਇਸ ਮੌਕੇ ਜਦੋਂ ਕਿ ਤੁਹਾਡਾ ਘਰ ਵਿੱਚ ਰਹਿਣਾ ਸੋਸ਼ਲ ਡਿਸਟੈਂਸਿੰਗ ਬਣਾ ਕੇ ਰਹਿਣਾ ਬਹੁਤ ਲਾਜ਼ਮੀ ਹੈ ਅਤੇ ਇਹ ਆ ਕਿ ਤੁਸੀਂ ਛੋਟੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਕਰਦੇ ਕੋਈ ਵੱਡੀ ਬਿਮਾਰੀ ਨਾਲ ਸਹੇੜ ਬੈਠੋ ਅਸੀਂ ਇਹਨਾਂ ਨੂੰ ਗਾਈਡ ਤਾਂ ਕਰਦੇ ਹਾਂ ਪਰ ਇਹ ਆ ਕਿ ਕੁਛ ਬੰਦੇ ਜਿਹੜੇ ਆ ਉਹ ਜਿਹੜੇ ਨਹੀਂ ਸਮਝਦੇ ਉਹ ਇਹ ਆ ਕਿ ਉਹਨੂੰ ਸਾਨੂੰ ਟੋਲਰੇਟ ਕਰਨੇ ਪੈਂਦੇ ਆ ਝੱਲਣੇ ਪੈਂਦੇ ਆ ਅਤੇ ਉਹਨਾਂ ਨੂੰ ਸਮਝਾ ਬੁਝਾ ਕੇ ਸਾਨੂੰ ਦਵਾਈ ਦੇਣੀ ਪੈਂਦੀ ਆ ਪਰ ਫਿਰ ਵੀ ਇਹ ਆ ਕਿ ਕਾਫੀ ਹੱਦ ਤੱਕ ਅਸੀਂ ਇਹ ਸਫਲ ਹੋਏ ਹਾਂ ਅਸੀਂ ਫਲੂ ਕਾਰਨਰ ਬਾਹਰ ਬਣਾ ਦਿੱਤਾ ਤਾਂ ਕਰਕੇ ਖਾਂਸੀ ਬੁਖਾਰ ਦੇ ਜਿਹੜੇ ਮਰੀਜ਼ ਉਹ ਸਾਡੇ ਕੋਲ ਹੁਣ ਅੰਦਰ ਨਹੀਂ ਆਉਂਦੇ ਅਤੇ ਸਿਰਫ ਬਾਹਰ ਦੀ ਬਾਹਰ ਹੀ ਰਹਿੰਦੇ ਇੱਥੇ ਡਾਕਟਰ ਸਫਾਈ ਕਰਮਚਾਰੀ ਸਾਰੇ ਆਪੋ ਆਪਣੇ ਰੁਝੇਵਿਆਂ ਨੂੰ ਛੱਡਦੇ ਹੋਏ ਅੱਜ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਆਪਣੀ ਡਿਊਟੀ ਨੂੰ ਆਪਣਾ ਧਰਮ ਸਮਝਦੇ ਹੋਏ ਫਰਜ਼ ਸਮਝਦੇ ਹੋਏ ਇੱਥੇ ਸੇਵਾ ਨਿਭਾ ਰਹੇ ਨੇ ਅਤੇ ਮੈਂ ਬੇਨਤੀ ਕਰਾਂਗਾ ਕਿ ਸਮੁੱਚੇ ਇਲਾਕੇ ਦੇ ਮਰੀਜ਼ਾਂ ਨੂੰ ਕਿ ਉਹ ਵੀ ਬਿਨਾਂ ਮਤਲਬ ਇੱਥੇ ਛੋਟੀਆਂ ਮੋਟੀਆਂ ਬਿਮਾਰੀਆਂ ਉਹ ਤਾਂ ਹੁਣ ਵਾਤਾਵਰਨ ਇੰਨਾ ਵਧੀਆ ਹੋ ਗਿਆ ਵੀ ਉਹਦੇ ਨਾਲ ਹੀ ਉਹਨਾਂ ਨੇ ਠੀਕ ਹੋ ਜਾਣਾ ਇੱਥੇ ਤਾਂ ਐਮਰਜੈਂਸੀ ਕੇਸ ਆਉਣੇ ਚਾਹੀਦੇ ਨੇ ਅਤੇ ਅੱਜ ਮੈਂ ਵਿਸ਼ੇਸ਼ ਤੌਰ ਦੇ ਉੱਤੇ ਇਸ ਕਰਕੇ ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੁੰਦਾ ਵੀ ਇਹ ਡਾਕਟਰੀ ਸਟਾਫ ਅੱਜ ਗਜਟਿਡ ਛੁੱਟੀ ਹੋਣ ਦੇ ਬਾਵਜੂਦ ਵੀ ਸਾਰਾ ਐਮਰਜੈਂਸੀ ਸੇਵਾਵਾਂ ਨੋਰਮਲ ਦੀ ਤਰ੍ਹਾਂ ਨਿਭਾ ਰਿਹਾ ਧੰਨਵਾਦ ਕਰਦੇ ਹਾਂ ਜੀ ਮੈਂ ਕੁਲਦੀਪ ਸਿੰਘ ਬਦਨਪੁਰੀ ਖਾਲਸਾ ਟੀ ਵੀ ਚੈਨਲ ਦੇ ਉੱਤੇ ਆਪ ਸਾਰਿਆਂ ਦਾ ਸਵਾਗਤ ਕਰਦਾ।